ਪਿੰਡ ਫਤਿਹਾਬਾਦ ਦੇ ਵਸਨੀਕ ਰੁਪਿੰਦਰ ਸਿੰਘ ਉਮਰ 20 ਤੋਂ 21 ਸਾਲ ਜੋ ਕਿ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਦੀ ਬਾਬਾ ਬਕਾਲਾ ਵਿਖੇ ਮੇਲਾ ਦੇਖਣ ਜਾਂਦੇ ਸਮੇਂ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ਨਾਲ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਇਸ ਪਿੰਡ ਵਿੱਚ ਗਹਿਰਾ ਸੋਗ ਹੈ। ਮ੍ਰਿਤਕ ਨੌਜਵਾਨ ਦੇ ਚਾਚਾ ਬਲਕਾਰ ਸਿੰਘ ਅਤੇ ਪਿੰਡ ਦੇ ਲੰਬੜਦਾਰ ਸੁਖਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੁਪਿੰਦਰ ਆਪਣੇ ਦੋਸਤਾਂ ਨਾਲ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦਾ ਮੇਲਾ ਦੇਖਣ ਗਿਆ ਸੀ। ਉਹ ਮੇਲਾ ਦੇਖਣ ਲਈ ਬੇਹੱਦ ਉਤਸ਼ਾਹਿਤ ਸੀ, ਪਰ ਉਸਦੀ ਖੁਸ਼ੀ ਉਸੇ ਸਮੇਂ ਗਮ ਵਿੱਚ ਬਦਲ ਗਈ ਜਦੋਂ ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਵੱਲੋਂ ਉਸਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੁਪਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਛੱਡ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਜਦੋਂ ਦੇਸ਼ ਭਰ ਦੀਆਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਖੁਸ਼ੀਆਂ ਮਨਾ ਰਹੀਆਂ ਹਨ, ਤਾਂ ਉਹਨਾਂ ਦੀ ਭੈਣ ਨੂੰ ਆਪਣੇ ਇਕਲੌਤੇ ਭਰਾ ਦੀ ਮੌਤ ਦਾ ਮੂੰਹ ਦੇਖਣਾ ਪਿਆ। ਉਸਨੇ ਆਖਿਰ ਸਮੇਂ 'ਤੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਿਆ ਅਤੇ ਇਹ ਨਜ਼ਾਰਾ ਇੰਨਾ ਦਿਲ ਨੂੰ ਛੂਹ ਲੈਣ ਵਾਲਾ ਸੀ ਕਿ ਉੱਥੇ ਮੌਜੂਦ ਹਰ ਕਿਸੇ ਦੀ ਅੱਖਾਂ 'ਚ ਹੰਝੂ ਆ ਗਏ। ਪਰਿਵਾਰਕ ਮੈਂਬਰਾਂ ਇਸ ਅਣਚਨੇਤੇ ਦੁੱਖ ਤੋਂ ਉਭਰਨ ਤੋਂ ਅਸਮਰਥ ਹਨ ਅਤੇ ਉਹਨਾਂ ਦੇ ਰੋਣ ਨਾਲ ਘਰ ਦਾ ਮਾਹੌਲ ਗਮਗੀਨ ਹੋ ਗਿਆ ਹੈ। ਖਡੂਰ ਸਾਹਿਬ ਤੋਂ ਲਾਏ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਬਲਕਾਰ ਸਿੰਘ ਫਤਿਹਾਬਾਦ ਜੀ, ਮੇਰਾ ਭਤੀਜਾ ਸੀ, ਘਰੋਂ ਮੇਲਾ ਵੇਖਣ ਗਏ ਭਾਅ ਜੀ ਅਤੇ ਰਸਤੇ 'ਚ ਅਣਪਛਾਤੀ ਗੱਡੀ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਜੀ। ਉੱਥੇ ਗਏ ਇਹ ਬਾਬੇ ਬਕਾਲੇ ਜੀ, ਰੁਪਿੰਦਰ ਸਿੰਘ ਇਹ 20 ਸਾਲ, ਇਹ ਦੋ ਸੀ ਜੀ, ਇੱਕ ਭੈਣ ਅਤੇ ਇੱਕ ਭਰਾ ਦੋ। ਹਾਂਜੀ, ਮੰਮੀ ਡੈਡੀ ਇਹਦੇ ਮੰਗ ਸਰ, ਮੰਗ ਹੁਣ ਕਦੀ ਕਰਾਂਗੇ ਅਸੀਂ, ਬੰਦਾ ਹੀ ਚਲੇ ਗਿਆ। ਬਾਕੀ ਇਹ ਨੌਜਵਾਨਾਂ ਵੀ ਮੋਟਰਸਾਈਕਲ ਮੰਨ ਲਓ ਘੱਟ ਭਜਾਉਣ, ਇਹੋ ਹੀ ਹੋ ਸਕਦਾ, ਹੋਰ ਕੋਈ ਹੱਲ ਹੈ ਨਹੀਂ ਇਸ ਚੀਜ਼। ਕੰਟਰੋਲ ਰੱਖਣ, ਮਾਂ ਪਿਓ ਬੱਚਿਆਂ ਨੂੰ ਸਮਝਾਉਣ ਆਪਣੇ। ਸੁਖਦੇਵ ਸਿੰਘ ਨੰਬਰਦਾਰ ਫਤਿਹਾਬਾਦ ਜੀ, ਵੇਖੋ ਜੀ ਬੜੀ ਨੰਦਨਯੋਗ ਘਟਨਾ ਹੋਈ ਹੈ, ਜਿਹੜੀ ਇਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਬਾਪ ਦਾ, ਇਹ ਬੜੀ ਬਹੁਤ ਹੀ ਨੰਦਨਯੋਗ ਘਟਨਾ ਜਿਹੜੀ, ਕਿਉਂਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ, ਇਹ ਹੋਣਾ ਨਹੀਂ ਚਾਹੀਦਾ। ਇਕੱਲਾ ਇਕੱਲਾ ਬੇਟਾ ਸੀ ਉਹਦਾ, ਅਤੇ ਮੇਰੇ ਕੋਲ 23 ਤਰੀਕ ਨੂੰ ਇਹਦੀ ਜਿਹੜੀ ਭਰਤੀ ਦਾ ਰਿਜ਼ਲਟ ਆ ਰਿਹਾ ਸੀ, ਜਿਹੜਾ ਦੇ ਕੇ ਆਇਆ ਆਪਣੇ ਟਰਾਇਲ, ਅਤੇ ਇਹ ਮੈਂ ਇਹ ਕਹਿਣਾ ਚਾਹੁੰਦੇ ਵੀ ਮਾਪਿਆਂ ਨੂੰ ਬੱਚਿਆਂ ਨੂੰ ਆਪਣਿਆਂ 'ਤੇ ਕੰਟਰੋਲ ਕਰਨਾ ਚਾਹੀਦਾ, ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨ ਮਰਜ਼ੀਆਂ ਕਰਕੇ ਰਾਤ ਬਰਾਤ ਜਾਂਦੇ, ਨਹੀਂ ਜਾਣਾ ਚਾਹੀਦਾ ਜੀ। ਇਹ ਬਾਬੇ ਬਕਾਲੇ ਗਿਆ ਸੀ ਜੀ, ਮੌਕੇ 'ਤੇ ਹੋ ਗਏ ਜੀ, ਮੇਰੇ ਕੋਲ ਹਸਪਤਾਲ ਖੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਿਆ ਜੀ। ਮੇਰਾ ਮਹਿੰਦਰ ਸਿੰਘ ਫਤਿਹਾਬਾਦ, ਗੱਲ ਇਹ ਬਹੁਤ ਮਾੜੀ ਗੱਲ ਹੈ, ਬੱਚਿਆਂ ਨੂੰ ਅਤੇ ਕੰਟਰੋਲ ਕਰਨਾ ਚਾਹੀਦਾ ਮਾਂ ਪਿਓ ਨੂੰ, ਅਤੇ ਮੋਟਰਸਾਈਕਲ ਜਿਹੜੇ ਆਪਣੇ ਹੈਗਾ ਲੈ ਕੇ ਨਿਆਣੇ ਤੁਰ ਪੈਂਦੇ ਆ, ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ, ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈਗੀ, ਇਹ ਬੱਚਿਆਂ ਨੂੰ ਆਪ ਵੀ ਥੋੜ੍ਹਾ ਬਹੁਤ ਸੋਚਣਾ ਚਾਹੀਦਾ। ਸਾਡੇ ਮਾਂ ਪਿਓ ਜਿਹੜੇ ਹੈਗੇ ਆ ਆਪਣੀ ਕਿੰਨੀ ਮਿਹਨਤ ਨਾਲ ਸਾਨੂੰ, ਇਕੱਲਾ ਇਕੱਲਾ ਮਾਪਿਆਂ ਦਾ ਪੋਤੀ ਭੈਣ ਭਰਾ ਸੀ, ਅਜੇ ਮੇਰੇ ਖਿਆਲ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਆਇਆ, ਇੰਟਰਵਿਊ ਦੇਖ ਕੇ ਆਇਆ, ਰਿਜ਼ਲਟ ਵੀ ਆਉਣ ਵਾਲਾ, ਬਹੁਤ ਹੀ ਮਾੜੀ ਗੱਲ।